ਇਹਦੇ ਰਾਵੀ ਨੇ ਹਜ਼ਰਤ ਅਬਦੁੱਲਾ ਬਿਨ ਉਮਰ, ਇੱਕ ਦੂਸਰੇ ਰਾਵੀ ਨੇ ਹਜ਼ਰਤ ਅਨਸ ਬਿਨ ਮਾਲਿਕ, ਤੀਸਰੇ ਰਾਵੀ ਨੇ ਹਜ਼ਰਤ ਜਾਬਿਰ ਬਿਨ ਅਬਦੁੱਲਾ ਅਲ ਅਨਸਾਰੀ, ਚੌਥੇ ਰਾਵੀ ਨੇ ਹਜ਼ਰਤ ਅਬੂ ਸਈਦ ਖੁਦਰੀ ਤੇ ਪੰਜਵੇਂ ਰਾਵੀ ਖੁਦ ਮੌਲਾ ਅਲੀ ਉਲ ਮੁਰਤਜ਼ਾ ਰਜ਼ੀ ਅੱਲਾਹੁ ਤਾਲਾ ਅਨਹੁ। ਇਹ ਪੰਜ ਸਿਹਾਬੀਆਂ ਨੇ, ਪੰਜ ਤਨ ਪਾਕ ਦੀ ਨਿਸਬਤ ਨਾਲ ਪੰਜ ਸਿਹਾਬੀ, ਉਹਨਾਂ ਨੇ ਹਦੀਸ ਅੱਗੇ ਸੁਣਾਈ ਹੈ ਲੋਕਾਂ ਨੂੰ। ਸਭ ਤੋਂ ਪਹਿਲੇ ਹਜ਼ਰਤ ਇਮਾਮ ਤਿਰਮਿਜ਼ੀ ਸ਼ਰੀਫ ਦੀ ਕਿਤਾਬ ਦਾ ਹਵਾਲਾ ਪੇਸ਼ ਕਰਾਂਗਾ। ਤਿਰਮਿਜ਼ੀ ਸ਼ਰੀਫ ਦੇ ਅੰਦਰ 3664, 3665, 3666 ਤਿੰਨਾਂ ਜਗ੍ਹਾ ਤੇ ਇਹ ਹਦੀਸ ਮੌਜੂਦ ਹੈ, ਜਿਹੜੀ ਲੱਗਾ ਆਪਦੇ ਸਾਹਮਣੇ ਪੇਸ਼ ਕਰਨ। ਮੁਸਨਫ ਇਬਨ ਅਬੀ ਸ਼ੈਬਾ ਜਿਲਦ 10 ਹਦੀਸ ਨੰਬਰ 32547 ਉੱਤੇ ਵੀ ਮੌਜੂਦ, 32539 ਉੱਤੇ ਵੀ ਮੌਜੂਦ। ਤੀਸਰਾ ਹਵਾਲਾ ਮੁਸਨਦ ਅਲ ਫਿਰਦੌਸ 1781 ਨੰਬਰ ਉੱਤੇ ਇਹ ਹਦੀਸ ਮੌਜੂਦ। ਅਲ ਅਹਕਾਮ ਸ਼ਰਈਆ ਅਲ ਕੁਬਰਾ ਜਿਲਦ 4 ਸਫਾ 360 ਉੱਤੇ ਹਦੀਸ ਮੌਜੂਦ। ਕਿਤਾਬੁਲ ਇਲਲ ਇਬਨ ਅਬੀ ਹਾਤਮ ਦੀ ਜਿਲਦ 6 2677 ਉੱਤੇ ਇਹ ਹਦੀਸ ਮੌਜੂਦ। ਸ਼ਰਾ ਮੁਸ਼ਕਿਲੁਲ ਅਸਾਰ ਇਮਾਮ ਤਹਾਵੀ ਰਹਿਮਤੁਲਾਹ ਅਲੈਹ ਦੀ 1963 ਨੰਬਰ ਉੱਤੇ ਇਹ ਰਿਵਾਇਤ ਮੌਜੂਦ, ਜਿਹੜੀ ਲੱਗਾ ਪੇਸ਼ ਕਰਨ। ਅਲ ਮੌਜਮੁਲ ਔਸਤ ਇਮਾਮ ਤਬਰਾਨੀ ਦੀ 4431 ਨੰਬਰ ਉੱਤੇ ਹਦੀਸ ਮੌਜੂਦ, ਜਿਹੜੀ ਲੱਗਾ ਪੇਸ਼ ਕਰਨ। ਅੱਠਵਾਂ ਹਵਾਲਾ ਮਜਮਾ ਜ਼ਵਾਇਦ ਇਮਾਮ ਹੈਸਮੀ ਰਹਿਮਤੁਲਾਹ ਅਲੈਹ ਦੀ ਜਿਲਦ 9 ਹਦੀਸ ਨੰਬਰ 14359, 14360, 14361। ਹਵਾਲਾ ਨੰਬਰ 9 ਅਲ ਬਹਰੁ ਜ਼ਖਾਰ ਮੁਸਨਦ ਅਲ ਬਜ਼ਾਰ 490 ਨੰਬਰ ਉੱਤੇ ਹਦੀਸ ਮੌਜੂਦ ਹੈ, ਜਿਹੜੀ ਲੱਗਾ ਤੁਹਾਡੇ ਸਾਹਮਣੇ ਪੇਸ਼ ਕਰਾਂ। 9 ਕਿਤਾਬਾਂ ਦੇ ਹਵਾਲੇ ਪੇਸ਼ ਕੀਤੇ, 5 ਨਬੀ ਪਾਕ ਅਲੈਹਿਸ ਸਲਾਮ ਦੇ 5 ਸਿਹਾਬੀ, ਹਜ਼ਰਤ ਜਾਬਿਰ, ਹਜ਼ਰਤ ਅਨਸ ਬਿਨ ਮਾਲਿਕ, ਹਜ਼ਰਤ ਅਬਦੁੱਲਾ ਬਿਨ ਉਮਰ, ਹਜ਼ਰਤ ਅਬੂ ਸਈਦ ਖੁਦਰੀ ਤੇ ਖੁਦ ਮੌਲਾ ਕਾਇਨਾਤ ਮੌਲਾ ਅਲੀਉਲ ਮੁਰਤਜ਼ਾ। 5 ਨਬੀ ਪਾਕ ਅਲੈਹਿਸ ਸਲਾਮ ਦੇ ਗੁਲਾਮ ਫਰਮਾਉਂਦੇ ਨੇ, ਮਦੀਨੇ ਵਾਲੀ ਸਰਕਾਰ ਨੇ ਇਰਸ਼ਾਦ ਫਰਮਾਇਆ, ਹਾਜ਼ਾ ਨੇ ਯਾਨੀ ਅਬੂ ਬਕਰ ਵਾ ਉਮਰ, ਹਾਜ਼ਾ ਨੇ ਸੈਯਦਾ ਕੁਹੂਲ ਅਹਲਿਲ ਜੰਨਾ من الاولين والاخرين الا النبيين والمرسلين। میرے آقا علیہ السلام نے ارشاد فرمایا ہاذا نے یعنی ابو بکر دی عمر والی اشارہ کر کے فرمایا دوویں سیدا کہول اہل الجنہ جنتی بزرگاں دے سردار نے۔ کون نے؟ ਜੰਨਤੀ ਬਜ਼ੁਰਗਾਂ ਦੇ ਸਰਦਾਰ, ਸੈਯਦਾ ਕਹੂਲ ਅਹਲਿਲ ਜੰਨਤ, ਦੋਵੇਂ ਜੰਨਤੀ ਬਜ਼ੁਰਗਾਂ ਦੇ ਸਰਦਾਰ ਨੇ। ਸੁਣਿਆ ਸਿਰਫ ਉਮਤ ਮੁਸਤਫਾ ਦੇ ਬਜ਼ੁਰਗ। ਨਬੀ ਪਾਕ ਅਲੈਹਿਸਸਲਾਮ ਨੇ ਇਰਸ਼ਾਦ ਫਰਮਾਇਆ ਨਹੀਂ ਨਹੀਂ ਮਿਨਲ ਅਵਲੀਨਾ ਵਲ ਆਖਰੀਨਾ ਇਲਨ ਨਬੀਨਾ ਵਲ ਮੁਰਸਲੀਨਾ, ਨਬੀਆਂ ਤੋਂ ਇਲਾਵਾ, ਰਸੂਲਾਂ ਤੋਂ ਇਲਾਵਾ, ਹਜ਼ਰਤ ਆਦਮ ਅਲੈਹਿਸਸਲਾਮ ਤੋਂ ਲੈ ਕੇ ਕਿਆਮਤ ਤੱਕ ਜਿੰਨੇ ਵੀ ਜੰਨਤੀ ਬਜ਼ੁਰਗ ਨੇ, ਜਿੰਨੇ ਵੀ ਜੰਨਤੀ ਬਾਬੇ ਨੇ, ਸਰਕਾਰ ਫਰਮਾਉਂਦੇ ਨੇ ਸੈਯਦਾ ਕਹੂਲ ਅਹਲਿਲ ਜੰਨਾ, ਉਹਨਾਂ ਸਾਰੇ ਜੰਨਤੀ ਬਜ਼ੁਰਗਾਂ ਦੇ ਸਰਦਾਰ ਹਜ਼ਰਤ ਅਬੂ ਬਕਰ ਤੇ ਹਜ਼ਰਤ ਉਮਰ ਨੇ। ਨਬੀ ਪਾਕ ਅਲੈਹਿਸਸਲਾਮ ਨੇ ਇੱਥੇ ਵੀ ਜੰਨਤ ਦੀਆਂ ਸਰਦਾਰੀਆਂ ਤੇ ਉੱਥੇ ਵੀ, ਤੇ ਹਜ਼ਰਤ ਅਲੀ ਰਜ਼ੀ ਅੱਲਾਹੁ ਤਾਲਾ ਅਨਹੁ ਜੰਨਤੀ